वड्डी गल जिहड़ी हैगी है सानू भी सुनने विच आया सीगा कि इत्थे जिहड़े भी लोग आउंदे ने ठीक होकर जाउंदे ने जिन्हां नूं डॉक्टर कहिंदे ने तुहाडा ऑपरेशन होऊगा जी तुहाडे प्लेटां पैणगियां तुहाडे गोडे बदले जाणगे इत्थे आ के ओह ठीक होकर जाते हैं। मुख्तार सिंह जी किवें तुसीं इलाज करदे हो की प्रक्रिया हैगी किस तरह की प्रॉब्लम आउंदी है? नॉलेज आएगा सानू नॉलेज बहुत आ जा रहा जे हाथ ला के देख लैंदे आ भी कित्थे चीज़ है ते उहदे नाल उह सेटिंग कर लैंदे आ नाड़ियां जिहड़ियां तां थां ने ਉਹ ਸੈਟਿੰਗ ਕਰ ਲੈਂਦੇ ਹਾਂ ਬਸ ਸੈਟਿੰਗ ਹੋ ਗਈ ਪਰ ਗੱਲ ਖਤਮ ਹੈ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਨੂੰ? 40-42 ਸਾਲ ਹੋ ਗਏ। ਤਾਂ ਮਾਤਾ ਜੀ ਤੁਸੀਂ ਪ੍ਰੋਬਲਮ ਦੇਖੀ ਹੈ ਨਾ ਕਿ ਤੁਹਾਨੂੰ ਆਈਡੀਆ ਲੱਗ ਗਿਆ ਕਿੰਨੇ ਸਮੇਂ 'ਚ ਠੀਕ ਹੋ ਜਾਣਗੇ? ਹੋ ਗਏ ਤਾਂ ਨਾਲ ਦੀ ਨਾਲ ਹੀ ਠੀਕ ਹੋ ਗਏ ਜੀ। ਚਲੋ ਇਹ ਕਹਿੰਦੇ ਮੈਂ ਤਾਂ MRI ਕਰਾਈ ਡਾਕਟਰ ਨੇ ਕਿਹਾ ਵੀ ਸਰਵਾਈਕਲ ਹੈ ਇਹਨਾਂ ਨੇ ਇੱਧਰਲੀ ਬਾਂਹ 'ਚ ਦਰਦ ਜ਼ਿਆਦਾ ਇੱਧਰਲੀ ਪਹਿਲਾਂ ਹੱਥ ਲਾ ਕੇ ਹੀ ਦੱਸਤਾ ਵੀ ਸਰਵਾਈਕਲ ਹੈ ਅਤੇ ਇੱਧਰਲੀ ਵਾਲੀ ਅਤੇ ਇੱਧਰਲੀ ਬਾਂਹ ਵਾਲੀ ਵੀ ਹੁਣ ਇਸ ਵਕਤ ਮੈਂ ਠੀਕ ਹਾਂ ਮੇਰੀ ਬਾਂਹ ਉੱਡਦੀ ਹੈ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਬਰਨਾਲੇ ਤੋਂ ਆਏ। ਤੁਹਾਨੂੰ ਕੀ ਪ੍ਰੋਬਲਮ ਹੈਗੀ ਜੀ? ਲੱਤ ਦੁਖਦੀ ਹੈ ਜੀ ਉਹ ਠੀਕ ਕਰਾਉਣਾ ਹੈ। ਮਣਕੇ ਦੇ ਵਿੱਚ ਗੈਪ ਆ ਗਿਆ ਸੀ ਪਤਾ ਲੱਗਦਾ ਸੀ ਮੈਨੂੰ ਇੱਥੇ ਟੋਆ ਇਹਦੇ ਨਾਲ ਹੋਆ ਆਹ ਮੜਿਆ ਹੁਣ ਠੀਕ ਆ। ਤੇ ਜਦੋਂ ਦਰਦ ਹੁੰਦੀ ਸੀ ਫਿਰ ਉੱਠ ਬੈਠ ਹੋ ਜਾਂਦਾ ਸੀ ਕਿੰਨੇ ਸਕਦੀ ਜੇ ਖੜੀ ਰਹੀ ਤੇ ਬੈਠ ਨਹੀਂ ਸਕਦੀ ਮੈਂ ਅਸੀਂ ਰੁੜ ਕੇ ਤੋਂ ਆਏ ਜੀ। ਰੁੜ ਕੇ ਤੋਂ ਆਏ ਕੀ ਡਿਸਕ ਦੀ ਪ੍ਰੋਬਲਮ ਆ ਗਈ ਤੁਹਾਨੂੰ? ਹਾਂਜੀ ਮੇਰੇ ਟੂ ਹੀ ਦੁਖਦੇ ਲੱਤਾਂ ਦੁਖਦੀਆਂ ਜੀ। ਤੇ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਆਈ ਸੀ? ਮੇਰੇ ਵੀ ਡਿਸਕ ਦੇ ਮਣਕੇ ਹਿੱਲੇ ਹੋਏ ਨੇ ਤਿੰਨ। ਅੱਛਾ ਮੈਨੂੰ ਡਾਕਟਰਾਂ ਨੇ ਕਹਿਤਾ ਸੀ ਵੀ ਤੇਰੇ ਪਲੇਟਾਂ ਪੈਣਗੀਆਂ ਵੀ ਆਪਰੇਸ਼ਨ ਕਰਵਾ ਲੈ ਤੇ ਮੈਨੂੰ ਆਪਰੇਸ਼ਨ ਤੋਂ ਮੈਨੂੰ ਅਲਰਜੀ ਹੈ ਵੀ ਮੈਨੂੰ ਸ਼ੂਗਰ ਹੈ ਸ਼ੂਗਰ ਕਰਕੇ ਮੇਰਾ ਟੱਕ ਨਹੀਂ ਠੀਕ ਹੁੰਦਾ ਮੈਂ ਕਿਹਾ ਮੈਂ ਇਹਨਾਂ ਕੋਲੇ ਆ ਕੇ ਦੇਖਿਆ ਵੀ ਇਹਨਾਂ ਨੇ ਮੇਰੇ ਮਣਕੇ ਚੱਕੇ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਮੈਂ ਦੁਬਾਰਾ ਇਹਨਾਂ ਨੂੰ ਵੀ ਲੈ ਕੇ ਆਈ ਹਾਂ ਹੁਣ ਆਪਦਾ ਵੀ ਇਲਾਜ ਕਰਾਉਂਗੇ ਨਾ ਮਤਲਬ ਅੱਜ ਕੱਲ੍ਹ ਲੁੱਟ ਵੀ ਹੋ ਰਹੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਮੋਟੇ ਪੈਸੇ ਲੈ ਜਾਂਦੇ ਨੇ ਬੰਦਾ ਫਿਰ ਠੀਕ ਨਹੀਂ ਹੁੰਦਾ ਇੱਥੇ ਆ ਕੇ ਬਹੁਤ ਸਾਰੇ ਲੋਕ ਦੱਸਦੇ ਨੇ ਕਿ ਪਹਿਲੀ ਵਾਰੀ ਜਦੋਂ ਆਉਂਦੇ ਨੇ ਪਹਿਲੀ ਵਾਰੀ ਇੱਥੇ ਠੀਕ ਹੋ ਕੇ ਚਲੇ ਜਾਂਦੇ ਨੇ ਕਈਆਂ ਨੂੰ ਦੁਬਾਰਾ ਆਉਣਾ ਵੀ ਪੈਂਦਾ ਪਰ ਜ਼ਿਆਦਾਤਰ ਜਿਹੜੇ ਰਿਜ਼ਲਟ ਹੈਗੇ ਨੇ ਪਹਿਲੀ ਵਾਰੀ ਮਾਲਸ਼ ਨਾਲ ਹੀ ਠੀਕ ਹੋ ਜਾਂਦੇ ਨੇ ਮਾਤਾ ਨੇ ਜਿਵੇਂ ਦੱਸਿਆ ਕਿ ਪਲੇਟਾਂ ਪਾਉਣੀਆਂ ਪੈਣੀਆਂ ਡਾਕਟਰ ਨੇ ਦੱਸਿਆ ਲੇਕਿਨ ਇੱਥੇ ਜਦੋਂ ਆਏ ਨੇ ਹੁਣ ਉਹਨਾਂ ਨੂੰ ਪਲੇਟਾਂ ਪਾਉਣ ਦੀ ਲੋੜ ਨਹੀਂ ਤੇ ਇਦਾਂ ਹੀ ਜਿਹੜੇ ਹੈਗੇ ਨੇ ਉਹ ਠੀਕ ਹੋ ਰਹੇ ਨੇ। ਮਾਨਸਾ ਕੋਲੋਂ ਆਏ ਆ ਜੀ। ਮਾਨਸਾ ਤੁਹਾਨੂੰ ਕੀ ਪ੍ਰੋਬਲਮ ਆ ਜੀ? ਸਨ ਡਿਸਕ ਦੀ ਪ੍ਰੋਬਲਮ ਹੈ ਇਹਨੇ ਲੱਤ ਦੁਖਦੀ ਹੈਗੀ। ਮੁਖਤਾਰ ਜੀ ਜੇ ਗੱਲ ਕਰੀਏ ਆਪਾਂ ਇੱਥੇ ਦੀ ਫੀਸ ਦੀ ਗੱਲ ਕਰੀਏ ਤਾਂ ਕਿੰਨੀ ਕੁ ਫੀਸ ਹੈਗੀ ਹੈ? ਫੀਸ ਜੀ ਤਕਰੀਬਨ 150 ਲਾਸਟ ਬਾਹਲਾ ਖਰਾਬ ਹੁੰਦਾ 200 ਬਸ 150 ਬਾਅਦ 200 ਰੁਪਇਆ ਇਹ ਵੀ ਅਗਲੇ ਕਹਿੰਦਾ ਚੈੱਕ ਕਰਕੇ ਦੇਖ ਕਿਤੇ ਕੋਈ ਫਲਟ ਆ ਦੁਬਾਰੇ ਦਿਖਾ। ਹਾਂਜੀ ਇਹ ਸਾਡਾ ਫਰਜ਼ ਹੈ। ਇਹਨਾਂ ਨੂੰ ਕੀ ਪ੍ਰੋਬਲਮ ਆਈ ਭੋਲੇ? ਇਹਨਾਂ ਨੂੰ ਕਮਰ ਦੀ ਹੈ। ਹਾਂਜੀ ਹਾਂਜੀ ਕੋਈ ਡਿਸਕ ਕਮਰ ਜਾਂ ਕੋਈ ਰੀੜ ਦੀ ਹੱਡੀ ਜਾਂ ਕੁਛ ਵੀ ਆ ਇਹ ਉਹ ਇੱਧਰ ਇੱਧਰ ਹੁੰਦਾ ਤੇ ਉੱਧਰ ਸਰਵਾਈਕਲ ਦੇ ਗੋਡੇ ਕਰਦੇ ਆ। ਬਹੁਤ ਸਾਰੇ ਲੋਕ ਤੁਹਾਨੂੰ ਸੁਣ ਵੀ ਰਹੇ ਨੇ ਇਸ ਵਾਰ ਬਹੁਤ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੈ ਕਿਸੇ ਨੂੰ ਸਰਵਾਈਕਲ ਹੋਇਆ ਹੈ ਕਿਸੇ ਦੇ ਜੋੜਾਂ ਦੇ ਕਿਸੇ ਦੇ ਮੋਢਿਆਂ 'ਚ ਗੋਡਿਆਂ 'ਚ ਦਰਦ ਹੈਗਾ ਇੱਥੋਂ ਦਾ ਪ੍ਰੋਪਰ ਜੇ ਐਡਰੈਸ ਆਪਾਂ ਜਾਣਨਾ ਚਾਹੇ ਕੋਈ ਇੱਥੇ ਤੁਹਾਨੂੰ ਆ ਕੇ ਇਲਾਜ ਕਰਵਾਉਣਾ ਚਾਹੁੰਦਾ ਤੇ ਕਿਵੇਂ ਆ ਸਕਦਾ ਹੈ ਇੱਥੇ ਪ੍ਰੋਪਰ ਐਡਰੈਸ ਕੀ ਹੈ ਜੀ? ਸਤਿ ਸ਼੍ਰੀ ਅਕਾਲ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅਮਨ ਮੋਹਨ ਮੋਹਜਾਲ। ਸੋ ਬਹੁਤ ਸਾਰੇ ਲੋਕਾਂ ਨੂੰ ਅੱਜ ਕੱਲ੍ਹ ਸਰਵਾਈਕਲ ਦੀ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਹੈ ਤੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜੇ ਡਾਕਟਰ ਕਹਿ ਲਓ ਭਾਵੇਂ ਵੈਦ ਕਹਿ ਲਓ ਅਜੇ ਸ਼ਖਸ ਨਾਲ ਮਿਲਾਵਾਂਗੇ ਜਿਸ ਦੇ ਹੱਥਾਂ ਦੇ ਵਿੱਚ ਹੀ ਜਾਦੂ ਹੈ ਮਤਲਬ ਕਿ ਇਹ ਮੰਨ ਲਿਆ ਜਾਵੇ ਕਿ ਰੱਬ ਨੇ ਉਹਨਾਂ ਨੂੰ ਦਾਤ ਬਖਸ਼ੀ ਹੋਈ ਹੈ ਉਹ ਮਾਲਸ਼ ਦੇ ਨਾਲ ਹੀ ਲੋਕਾਂ ਨੂੰ ਠੀਕ ਕਰ ਲੈਂਦੇ ਨੇ ਤੇ ਜ਼ਿਆਦਾ ਖਰਚਾ ਵੀ ਨਹੀਂ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਬੋਰਡ ਇਸ ਵੇਲੇ ਅਸੀਂ ਰੰਚਨਾ ਪਿੰਡ ਦੇ ਵਿੱਚ ਖੜ੍ਹੇ ਹੋਏ ਹਾਂ ਅਤੇ ਸਾਹਮਣੇ ਬੋਰਡ ਉੱਤੇ ਨੰਬਰ ਵੀ ਲਿਖਿਆ ਹੈ ਸਰਦਾਰ ਮੁਖਤਿਆਰ ਸਿੰਘ ਜੋ ਇੱਥੋਂ ਦੇ ਹੈਗੇ ਨੇ ਮੇਨ ਅਤੇ ਸਲਿਪ ਡਿਸਕ ਸਰਵਾਈਕਲ ਹੱਡੀਆਂ ਅਤੇ ਜੋੜਾਂ ਦੇ ਮਾਹਰ ਹੈਗੇ ਨੇ ਅਤੇ ਸਮਾਂ ਵੀ ਲਿਖਿਆ ਕਿ ਸਵੇਰੇ 8 ਵਜੇ ਤੋਂ 1 ਵਜੇ ਤੱਕ ਸ਼ਾਮ 2 ਵਜੇ ਤੋਂ 6 ਵਜੇ ਤੱਕ ਅਤੇ ਹਰ ਸੋਮਵਾਰ ਦੀ ਇੱਥੇ ਜਿਹੜੀ ਹੈਗੀ ਹੈ ਉਹ ਛੁੱਟੀ ਹੁੰਦੀ ਹੈ ਅਤੇ ਨਾਲ ਲਿਖਿਆ ਕਿ ਨੋਟ ਲਿਖਿਆ ਆਉਣ ਤੋਂ ਪਹਿਲਾਂ ਫੋਨ ਕਰਕੇ ਆਓ। ਸੋ ਇੱਥੇ ਹਮੇਸ਼ਾ ਹੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਲਾਜ ਕਰਵਾਉਣ ਉਹਨਾਂ ਨਾਲ ਵੀ ਅੱਜ ਗੱਲਾਂ ਬਾਤਾਂ ਕਰਾਂਗੇ ਕਿ ਵਾਕਈ ਉਹਨਾਂ ਨੂੰ ਆਰਾਮ ਆਉਂਦਾ ਇੱਥੇ ਅਤੇ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਕਿਵੇਂ ਠੀਕ ਕਰਦੇ ਨੇ ਕਹਿਣ ਦਾ ਮਤਲਬ ਕਿ ਇਲਾਜ ਕਰਨ ਦੀ ਪ੍ਰਕਿਰਿਆ ਕੀ ਹੈਗੀ ਹੈ। ਸੋ ਮੁਖਤਿਆਰ ਸਿੰਘ ਜੀ ਨਾਲ ਵੀ ਤੁਹਾਨੂੰ ਮਿਲਾਵਾਂਗੇ। ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਵੀ ਹੋਏ ਨੇ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਇਲਾਜ ਕਰਵਾਉਣ ਦੇ ਲਈ ਕਿਸੇ ਨੂੰ ਜੋੜਾਂ ਦਾ ਦਰਦ ਹੈ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਅਤੇ ਕਿਸੇ ਦੀ ਡਿਸਕ ਦੇ ਵਿੱਚ ਦਰਦ ਰਹਿੰਦਾ ਅਤੇ ਇੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਮੁਖਤਿਆਰ ਸਿੰਘ ਜੀ ਇਸ ਵੇਲੇ ਗੋਡੇ ਦੀ ਜਿਹੜੀ ਮਾਲਿਸ਼ ਹੈਗੀ ਹੈ ਉਹ ਕਰ ਰਹੇ ਨੇ ਅਤੇ ਸਭ ਤੋਂ ਪਹਿਲਾਂ ਮਾਤਾ ਜੀ ਨਾਲ ਵੀ ਗੱਲਬਾਤ ਕਰ ਲੈਣਗੇ ਕਿੱਥੋਂ ਆਏ ਨੇ ਉਹ ਅਤੇ ਕੀ ਪ੍ਰੋਬਲਮ ਹੈਗੀ। ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ? ਸਤਿ ਸ਼੍ਰੀ ਅਕਾਲ ਬੇਟੇ ਅਸੀਂ ਕਕਰਾਲੇ ਤੋਂ ਆਏ ਹਾਂ ਬੇਟੇ ਪਿੰਡ ਨਾਭੇ ਦੇ ਨਾਲ ਹੀ ਹੈ ਜਿਹੜਾ। ਅੱਛਾ ਅੱਛਾ ਮਾਤਾ ਜੀ ਕੀ ਪ੍ਰੋਬਲਮ ਆ ਗਈ ਤੁਹਾਨੂੰ? ਮੈਨੂੰ ਸਰਵਾਈਕਲ ਦੱਸਿਆ ਸੀਗਾ ਡਾਕਟਰਾਂ ਨੇ ਮੇਰੀਆਂ ਬਾਹਾਂ 'ਚ ਬਹੁਤ ਜ਼ਿਆਦਾ ਦਰਦ ਸੀ ਬਾਂਹ ਮੁੜਦੀ ਨਹੀਂ ਸੀ ਆਹ ਐਵੇਂ ਪਿੱਛੇ ਨਹੀਂ ਸੀ ਜਾਂਦੀ ਜੀ ਜੀ ਅਤੇ ਹੁਣ ਇਹਨਾਂ ਦੇ ਮਾਲਣ ਨਾਲ ਨਾ ਮੇਰੀ ਬਾਂਹ ਪਿੱਛੇ ਜਾਂਦੀ ਹੈ ਅਤੇ ਇਸ ਤਰ੍ਹਾਂ ਉੱਪਰ ਵੀ ਜਾਂਦੀ ਹੈ ਮੈਨੂੰ ਤਾਂ ਕੱਪੜੇ ਵੀ ਕੱਢਣੇ ਪਾਉਣੇ ਬਹੁਤ ਔਖੇ ਸੀਗੇ ਬਹੁਤ ਚਿਰ ਦੀ ਮੈਂ ਦਵਾਈ ਖਾ ਰਹੀ ਹਾਂ ਹੁਣ ਅੱਗੇ ਨਾਲੋਂ ਤੁਸੀਂ ਚੰਗਾ ਮਹਿਸੂਸ ਕਰਦੇ ਮਤਲਬ ਬਾਂਹ ਪਿੱਛੇ ਜਾਣ ਲੱਗ ਗਈ ਹੈ ਬਸ ਇੰਨੇ ਤੁਹਾਨੂੰ ਇੱਥੇ ਬਾਰੇ ਦੱਸਿਆ ਕਿੰਨਾ ਨੇ ਸੀਗਾ ਕਿ ਇੱਥੇ ਤੁਸੀਂ ਰੰਚਨਾ ਪਿੰਡ ਜਾਓ ਅਤੇ ਇੱਥੇ ਇਲਾਜ ਕਰਦੇ ਨੇ ਮੁਖਤਿਆਰ ਸਿੰਘ ਜੀ
रिश्तेदारी चो परसों की पता लग गया सानू कल सानू कोई जरूरी का कम सी बस अज असी आ गए पर मैं हुण हुण ही हुणे मिलाउण नाल मैं बहुत ज्यादा फायदा है जिवें आ बांह मेरी ऐ पिछे तो जमी नहीं सी जांदी बस इदों इदों उपर नहीं सी जांदी हुण मैं जानी एक वारी मारन वाली ठीक तुसी नाल ही आए हो जी पहला भी इतने आए कि फर्स्ट टाइम आए हो नहीं फर्स्ट टाइम इन्होंने नाल ही आया जी कितों आए हो जी अभी बरनाले तो आए अच्छा बरनाले तुहानू की प्रॉब्लम है जी लत दुखदी जी ठीक करवाना है फर्स्ट टाइम आए पहला भी आए हो जी पहले ही आए हैं मुख्तार सिंह जी बहुत चर्चा सुनी भी है तो तुहाडे बारे तो अजकल कहिंदे कि वड्डे वड्डे हस्पतालां दे विच भी कई बार इलाज करवा लैंदा बंदा मैं खुद नूं डिस्क विच प्रॉब्लम रही है वड्डे हस्पतालां जे गया इलाज उत्थों नहीं होया पर जो आम आप छोटे हस्पताल देसी वैद कोल आप कह लिए जो जाने तो छेती ठीक हो जाने मुख्तार सिंह जी किवें तुसीं इलाज करदे हो की प्रक्रिया हैगी किस तरह की प्रॉब्लम आउंदी है नॉलेज है जी सानू नॉलेज बहुत आ जा रही है जे हथ ला के देख लैंदे आं भी कित्थे चीज़ है तो और नाल ओह सेटिंग कर लैंदे आं नाड़ियां जिहड़ियां तां ठां ने ਉਹ ਸੈਟਿੰਗ ਕਰ ਲੈਂਦੇ ਹਾਂ ਬਸ ਸੈਟਿੰਗ ਹੋ ਗਈ ਪਰ ਗੱਲ ਖਤਮ ਹੈ ਸੈਟਿੰਗ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਪ੍ਰੋਬਲਮਸ ਆਉਂਦੀਆਂ ਜੀ ਕਿ ਡਿਸਕ 'ਚ ਪ੍ਰੋਬਲਮ ਆ ਰਹੀ ਹੈ ਜੋੜਾਂ ਦੇ ਦਰਦ 'ਚ ਗੋਡਿਆਂ 'ਚ ਜਾਂ ਮੋਢਿਆਂ 'ਚ ਜੇ ਹੁਣ ਮਰੀਜ਼ ਮੈਨੂੰ ਦੱਸੂ ਵੀ ਕਿੱਥੇ ਆਹ ਫਲਟ ਆ ਮੈਨੂੰ ਆਹ ਚੀਜ਼ ਦਾ ਮੈਂ ਉੱਥੇ ਕਰੂੰ ਹਾਂ ਦੂਜੀ ਜਗ੍ਹਾ ਨਹੀਂ ਮੈਂ ਕਰਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਨੂੰ 40-42 ਸਾਲ ਹੋ ਗਏ ਹਾਂਜੀ ਇੱਥੇ ਕਰਦੇ ਹੋ ਹਾਂਜੀ ਤੁਹਾਡੇ ਪਹਿਲਾ ਪਿਤਾ ਜੀ ਰਵੀ ਇਹ ਵੀ ਕੰਮ ਕਰਦੇ ਅੱਛਾ ਦਾਦਾ ਜੀ ਕਰਦੇ ਜਿੱਦਾਂ ਹੁਣ ਮਾਤਾ ਜੀ ਦੀ ਤੁਸੀਂ ਪ੍ਰੋਬਲਮ ਦੇਖੀ ਹੈ ਨਾ ਕਿ ਤੁਹਾਨੂੰ ਆਈਡੀਆ ਲੱਗ ਗਿਆ ਕਿੰਨੇ ਸਮੇਂ 'ਚ ਠੀਕ ਹੋ ਜਾਣਗੇ ਹੋ ਗਏ ਤਾਂ ਨਾਲ ਦੀ ਨਾਲ ਹੀ ਠੀਕ ਹੋ ਗਈ ਹੈ ਚਲੋ ਨਹੀਂ ਕਹਿੰਦੇ ਮੈਂ ਤਾਂ MRI ਕਰਾਈ ਡਾਕਟਰ ਨੇ ਕਿਹਾ ਵੀ ਸਰਵਾਈਕਲ ਹੈ ਇਹਨਾਂ ਨੇ ਇੱਧਰਲੀ ਬਾਂਹ 'ਚ ਦਰਦ ਜ਼ਿਆਦਾ ਇੱਧਰਲੀ ਪਹਿਲਾਂ ਹੱਥ ਲਾ ਕੇ ਹੀ ਦੱਸਤਾ ਵੀ ਸਰਵਾਈਕਲ ਹੈ ਅਤੇ ਇੱਧਰਲੀ ਵਾਲੀ ਅਤੇ ਇੱਧਰਲੀ ਬਾਂਹ ਵਾਲੀ ਵੀ ਹੁਣ ਇਸ ਵਕਤ ਮੈਂ ਠੀਕ ਹਾਂ ਮੇਰੀ ਬਾਂਹ ਮੁੜਦੀ ਹੈ ਅਤੇ ਕੱਲ੍ਹ ਨੂੰ ਕੋਈ ਨਾ ਐਵੇਂ ਦੀ ਪ੍ਰੋਬਲਮ ਹੋਏ ਕੁਛ ਐਕਸਰਸਾਈਜ਼ ਵੀ ਦੱਸਦੇ ਤੁਸੀਂ ਕਸਰਤ ਕਰਨ ਬਾਰੇ ਕਰੀ ਜਾਣ ਕੰਮ ਕਰਨਾ ਪਤਾ ਜਾ ਕੇ ਹੁਣ ਬਿਲਕੁਲ ਟਣਾ ਟਣ ਇੱਕਦਮ ਓਕੇ ਹੈ ਕੋਈ ਪ੍ਰੋਬਲਮ ਨਹੀਂ ਜੀ ਜੋ ਇਹਨਾਂ ਦਾ ਕੰਮ ਆ ਕਰਨਾ ਬੜੀ ਛੇਤੀ ਠੀਕ ਹੋ ਗਈ ਵਧੀਆ ਗੱਲ ਹੋ ਗਈ ਬਹੁਤ ਖੁਸ਼ੀ ਦੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਮੈਂ ਖੁਦ ਮੈਨੇ ਆਪ ਦੱਸ ਰਹੀ ਹਾਂ ਨਾ ਮੈਨੂੰ ਤਾਂ ਜਮੀ ਆ ਬਾਂ ਮੁੜਦੀ ਨਹੀਂ ਸੀ ਮੇਰੀ ਤਾਂ ਜਾਂ ਜਮੀ ਨਹੀਂ ਸੀ ਮੁੜਦੀ ਇਸ ਤੇ ਨਾ ਜਮੀ ਨਹੀਂ ਉੱਪਰ ਨਹੀਂ ਚੱਕੀ ਜਾਂਦੀ ਸੀ ਹੈ ਅਤੇ ਵੀ ਜਿਵੇਂ ਹੁਣ 3 ਸਾਲ ਹੋ ਗਏ ਇਹਨੂੰ ਦੁੱਖ ਦੀ ਨਿਬਾਹ ਮੈਂ ਤਾਂ ਦਵਾਈਆਂ ਖਾਧੀਆਂ ਨੇ ਬਹੁਤ ਮੇਰੇ ਜੀ ਅੱਕੇ ਪਿਆ ਹੁਣ ਤਾਂ ਮੈਂ ਛੱਡਤੀਆਂ ਸੀ ਕੱਲ੍ਹ ਮੈਂ ਇੱਕ ਨਾ 2 ਗਰਮ ਕੋਟੀਆਂ ਸੀ ਮੈਂ ਈਜੀ 'ਚ ਪਾ ਕੇ ਹੱਥ ਨਾਲ ਮਲਤੀਆਂ ਬਸ ਪੁੱਛੋ ਨਾ ਕੁਛ ਮੈਂ ਇੰਨਾ ਤੜਫੀ ਦਰਦ ਨਾਲ ਮੇਰੇ ਇੱਥੋਂ ਆ ਬਾਂਹ 'ਚੋਂ ਸ਼ੁਰੂ ਹੋ ਕੇ ਮੇਰੇ ਮੌਰ 'ਚ ਦਰਦ ਆ ਸਾਰੇ ਪਾਸੇ 'ਚ ਇੰਨਾ ਦਰਦ ਹੋਇਆ ਮੇਰੇ ਮੈਨੂੰ ਐਂ ਲੱਗਦਾ ਸੀ ਵੀ ਮੈਂ ਹੁਣ ਬਚਦੀ ਨਹੀਂ ਮੇਰਾ ਪਊ ਭੜਕਾ ਅਤੇ ਬਸ ਫਿਰ ਉਹ ਜਿਹੜੀ ਕਰੀਮ ਦਿੱਤੀ ਹੋਈ ਸੀ ਉਹ ਵੀ ਮਲੀ ਦਵਾਈਆਂ ਦਰਦ ਦੀਆਂ ਗੋਲੀਆਂ ਵੀ ਲਈਆਂ ਜਿਹੜੀ ਖਾਂਦੀਆਂ ਸੀ 3 ਟਾਈਮ ਗੋਲੀਆਂ ਲੈਣੀਆਂ ਸੀ ਮੈਂ ਉਹ 3 ਟਾਈਮ ਵਾਲੀਆਂ ਉਹ ਵੀ ਲੈ ਲਈਆਂ ਬਾਕੀ ਉਦੋਂ ਵੱਧ ਦਰਦ ਦੀਆਂ ਵੀ ਲੈ ਲਈਆਂ ਫਿਰ ਮੈਨੂੰ ਕੁਛ ਮਾੜੀ ਜਿਹੀ ਸ਼ਾਂਤੀ ਮਿਲੀ ਆ 10-11 ਵਜੇ ਤੁਸੀਂ ਦਵਾਈਆਂ ਵੀ ਦਿੰਦੇ ਹੋ ਨਾਲ ਕਿ ਇੱਦਾਂ ਹੀ ਮਾਲਿਸ਼ ਨਾਲ ਇਲਾਜ ਕਰਦੇ ਹੋ ਬਿਲਕੁਲ ਕੋਈ ਦਵਾਈ ਨਹੀਂ ਦੇਣੀ ਕੋਈ ਬਿਲਕੁਲ ਦਵਾਈ ਜੇ ਖਾਂਦਾ ਉਹਨੂੰ ਕਹਿਣਾ ਬੰਦ ਕਰ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੁਖਤਿਆਰ ਸਿੰਘ ਜੀ ਕੋਈ ਦਵਾਈ ਵੀ ਨਹੀਂ ਦਿੰਦੇ ਕਿਉਂਕਿ ਅੱਜ ਕੱਲ੍ਹ ਤਾਂ ਇਹ ਕਹਿੰਦੇ ਦਵਾਈਆਂ ਤੋਂ ਜਿੰਨਾ ਬਚ ਸਕਦੇ ਹੋ ਬਚੋ ਕਿਉਂਕਿ ਸਾਈਡ ਇਫੈਕਟ ਕਾਫੀ ਹੁੰਦੇ ਨੇ ਅਤੇ ਹੋਰ ਵੀ ਮਾਤਾ ਜੀ ਆਏ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਜੀ ਅਮਰਜੀਤ ਕੌਰ ਆ ਵੀ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਬਠਾਲੇ ਤੋਂ ਆਇਆ ਵੀਰ ਅੱਛਾ ਕੀ ਪ੍ਰੋਬਲਮ ਆ ਗਈ ਤੁਹਾਨੂੰ ਮੇਰੇ ਬਿਟੂਈ ਜੀ ਦਰਦ ਹੁੰਦਾ ਸੀ ਅੱਛਾ ਅੱਛਾ ਮੌਰਾਂ 'ਚ ਦਰਦ ਹੁੰਦਾ ਠੀਕ ਹੈ ਜੀ ਅਤੇ ਇਹਦੇ ਕਰਕੇ ਮੈਂ ਆਈ ਹਾਂ ਮੇਰੀ ਭੈਣ ਨੂੰ ਲੈ ਕੇ ਆਈ ਅਸੀਂ ਤਾਂ ਪਹਿਲਾਂ ਵੀ ਆਉਂਦੇ ਜਾਂਦੇ ਹਾਂ ਕੁੜੀਆਂ ਲੈ ਕੇ ਅਤੇ ਇੱਥੇ ਆ ਕੇ ਆਰਾਮ ਫੀਲ ਕਰਦੇ ਪਏ ਹੁਣ ਹਾਂ ਆਰਾਮ ਹੁੰਦਾ ਵੀਰ ਤਾਂ ਹੀ ਆਉਂਦੇ ਹਾਂ ਅੱਛਾ ਅੱਛਾ ਆਰਾਮ ਹੁੰਦਾ ਜੀ ਹਾਂ ਠੀਕ ਹੈ ਅਤੇ ਤੁਹਾਡੇ ਭੈਣ ਜੀ ਤੁਹਾਡਾ ਕੀ ਨਾਮ ਜੀ ਮੇਰਾ ਗੁਰਜੀਤ ਕੌਰ ਤੁਹਾਨੂੰ ਵੀ ਪ੍ਰੋਬਲਮ ਆਈ ਹੈ ਮੈਨੂੰ ਤਾਂ ਵੀਰੇ ਬਹੁਤ ਚਿਰ ਦੀ ਆ ਅੱਛਾ ਅੱਛਾ ਹੁਣ ਠੀਕ ਹੈ ਕਿ ਨਹੀਂ ਹੋਈ ਦੱਸੋ ਇਹ ਦੱਸੋ ਹੁਣ ਫਰਕ ਹੈ ਆਈ ਆ ਪਹਿਲੀ ਵਾਰੀ ਮੈਂ ਤਾਂ ਵੀਰੇ ਜਿੰਨਾ ਮੇਰਾ ਵਜਨ ਇੰਨੀਆਂ ਦਵਾਈਆਂ ਮੈਂ ਡਾਕਟਰ ਦੀਆਂ ਖਾ ਗਈ ਅੱਛਾ ਅੱਛਾ ਜੀ ਪਟਿਆਲਾ ਮੈਂ ਛੱਡਿਆ ਧੂਰੀ ਮੈਂ ਛੱਡੀ ਸੰਗਰੂਰ ਮੈਂ ਛੱਡਿਆ ਜੀ 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 ਹੁਣ ਮੈਨੂੰ ਇਹ ਤੋਂ ਪਹਿਲਾਂ ਥੋੜਾ ਜਿਹਾ ਇੱਕ ਥੋਂ ਗਏ ਤੇ ਉੱਥੋਂ ਫਰਕ ਪਿਆ ਤੇ ਹੁਣ ਅੱਜ ਮੈਨੂੰ ਲੱਗਦਾ ਵੀ ਮੈਨੂੰ ਜਮੀ ਠੀਕ ਹੋ ਜੂਗਾ ਚਲੋ ਛੇਤੀ ਤੁਸੀਂ ਹੋਰ ਠੀਕ ਹੋਵੋਗੇ ਪਰ ਸਾਨੂੰ ਵੀ ਸੁਣਨ ਵਿੱਚ ਆਇਆ ਅਸੀਂ ਵੀ ਸਪੈਸ਼ਲੀ ਚੰਡੀਗੜ੍ਹ ਤੋਂ ਇੱਥੇ ਚੱਲ ਕੇ ਆਏ ਹਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਵਾਕਈ ਮਾਲਿਸ਼ ਦੇ ਨਾਲ ਹੀ ਠੀਕ ਕਰ ਦਿੰਦੇ ਨੇ ਮੇਰਾ ਭਾਣ ਜਮਾਈ ਆਉਂਦਾਗਾ
ਉਹ ਇਥੋਂ ਉਹ ਠੀਕ ਹੈ ਜਮਾ ਉਹਨੇ ਸਾਨੂੰ ਕਿਹਾ ਵੀ ਉੱਥੇ ਜਾਓ ਅੱਛਾ ਉਹਨਾਂ ਨੇ ਤੁਹਾਨੂੰ ਰਿਸ਼ਤੇਦਾਰੀ ਵੀ ਦੱਸਿਆ ਤਾਂ ਜਮਾਈ ਹੈ ਮੇਰੇ ਦਾ ਅੱਛਾ ਅੱਛਾ ਉਹਨਾਂ ਨੂੰ ਕੀ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ ਵੀ ਟੂਹੀ ਦੀ ਗਰਦਨ ਦੀ ਜਿਵੇਂ ਹੁੰਦਾ ਹਾਂ ਉਹ ਠੀਕ ਨੇ ਹਾਂ ਹੁਣ ਅਸੀਂ ਉੱਥੋਂ ਆਇਆ ਠੀਕ ਆ ਸੋ ਮਾਤਾ ਜੀ ਨੂੰ ਗੋਡਿਆਂ ਦੀ ਪ੍ਰੋਬਲਮ ਸੀਗਾ ਹੁਣ ਕਹਿ ਜਾ ਰਿਹਾ ਕਿ ਚੱਲ ਕੇ ਦੇਖੋ ਕਿ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਸੋ ਮਾਤਾ ਜੀ ਚੱਲ ਵੀ ਰਹੇ ਨੇ ਕਿਵੇਂ ਫੀਲ ਕਰ ਰਹੇ ਮਾਤਾ ਜੀ ਠੀਕ ਲੱਗ ਰਿਹਾ ਜੀ ਹਾਂ ਬੇਟੇ ਮੈਨੂੰ ਹੁਣ ਠੀਕ ਲੱਗਦਾ ਠੀਕ ਲੱਗਦਾ ਜੀ ਦੱਸਿਓ ਕਿ ਜੇ ਪ੍ਰੋਬਲਮ ਹੈ ਨਾ ਜਮੀ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਵੀ ਮੈਨੂੰ ਆ ਜਿਵੇਂ ਮੈਨੂੰ ਹੁਣ ਬਾਂਹ ਦਾ ਨਾ ਬਾਂਹ ਮੇਰੀ ਬਹੁਤ ਜ਼ਿਆਦਾ ਠੀਕ ਹੈ ਐਂ ਤਾਂ ਤੇ ਚੱਕੀ ਨਹੀਂ ਜਾਂਦੀ ਜਿਵੇਂ ਮੈਂ ਐਂ ਚੱਕ ਲੈਂਦੀ ਹਾਂ ਹੁਣ ਨਾ ਤਾਂ ਦਵਾਈ ਬਹੁਤ ਕੈਪਸੂਲ ਵੀ ਜਿਵੇਂ ਹੁਣ ਦਰਦ ਦਾ ਕੈਪਸੂਲ ਲੈ ਲੈਂਦੇ ਆਪਾਂ ਉਹ ਜਾਣੀ ਅੱਧੇ ਘੰਟੇ ਤੋਂ ਬਾਅਦ ਫਰਕ ਪੈਂਦਾ ਜੀ 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 ਪਹਿਲਾਂ ਨਹੀਂ ਫਰਕ ਪੈਂਦਾ ਪਹਿਲਾਂ ਨਹੀਂ ਦਰਦ ਹੋ ਹੀ ਜਾਂਦਾ ਇਹ ਤਾਂ ਹੁਣ ਆਹ ਹੱਥ ਲਾਉਣ ਸਾਰੀ ਬਸ ਥੋੜਾ ਹਾਂ ਬਸ ਮੈਨੂੰ ਸੋ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਤੇ ਲੱਗਦਾ ਸੀ ਹੁਣ ਠੀਕ ਆ ਅੱਛਾ ਅੱਛਾ ਜੀ ਤੁਹਾਡੇ ਮਣਕੇ ਦੇ ਵਿੱਚ ਗੈਪ ਆ ਗਿਆ ਸੀ ਪਤਾ ਲੱਗਦਾ ਸੀ ਮੈਨੂੰ ਇੱਥੇ ਟੋਆ ਇਹਦੇ ਨਾਲ ਹੋਆ ਆਹ ਮੜਿਆ ਹੁਣ ਠੀਕ ਆ ਤੇ ਜਦੋਂ ਦਰਦ ਹੁੰਦੀ ਸੀ ਫਿਰ ਉੱਠ ਬੈਠ ਹੋ ਜਾਂਦਾ ਸੀ ਕਿੰਨੇ ਸਕਦੀ ਜੇ ਖੜੀ ਰਹੀ ਤੇ ਬੈਠ ਨਹੀਂ ਸਕਦੀ ਮੈਂ ਹੁਣ ਤੁਸੀਂ ਬਿਲਕੁਲ ਠੀਕ ਮਹਿਸੂਸ ਕਰਦੇ ਪਏ ਕਿ ਅੱਜ ਪਹਿਲੀ ਵਾਰ ਤੁਸੀਂ ਦੱਸ ਰਹੇ ਹੋ ਪਹਿਲੀ ਵਾਰੀ ਆਇਆ ਹਾਂ ਪਰ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਵਾਰੀ ਦੇ ਵਿੱਚ ਹੀ ਇੱਥੇ ਆ ਕੇ ਠੀਕ ਮਹਿਸੂਸ ਕਰ ਰਹੇ ਨੇ ਮਾਤਾ ਜੀ ਵੀ ਸਾਹਮਣੇ ਚੱਲ ਫਿਰ ਰਹੇ ਨੇ ਗੋਡੇ ਦੇ ਦਰਦ ਸੀਗਾ ਲੇਕਿਨ ਹੁਣ ਉਹ ਵੀ ਦੱਸ ਰਹੇ ਨੇ ਕਿ ਉਹ ਠੀਕ ਹੈਗੇ ਨੇ ਹੋਰ ਵੀ ਜਿਹੜੇ ਆਏ ਨੇ ਲੋਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਤੁਹਾਨੂੰ ਇਹ ਵੀ ਦੱਸਾਂਗੇ ਕਿ ਇੱਥੇ ਕਿਉਂਕਿ ਪ੍ਰਾਈਵੇਟ ਹਸਪਤਾਲਾਂ 'ਚ ਤਾਂ ਵੱਡੀ ਲੁੱਟ ਵੀ ਹੁੰਦੀ ਹੈ ਅਤੇ ਇੱਥੇ ਕਿੰਨਾ ਕੋਈ ਇਲਾਜ ਹੁੰਦਾ ਤੁਸੀਂ ਕਿੱਥੋਂ ਆਏ ਜੀ ਅਸੀਂ ਪਾਤੜਾਂ ਤੋਂ ਆਏ ਜੀ ਪਾਤੜਾਂ ਤੋਂ ਆਏ ਹੋ ਕੀ ਪ੍ਰੋਬਲਮ ਤੁਹਾਨੂੰ ਜੀ ਮੈਨੂੰ ਬੈਕ ਦੀ ਪ੍ਰੋਬਲਮ ਹੈ ਬੈਕ ਦੀ ਪ੍ਰੋਬਲਮ ਫਸਟ ਟਾਈਮ ਆਏ ਤੁਸੀਂ ਫਸਟ ਟਾਈਮ ਹਾਲੇ ਇਲਾਜ ਕਰਾਉਣਾ ਹੈਗਾ ਹਾਂਜੀ ਹਾਂਜੀ ਜੀ ਕਰੋ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਇੱਥੇ ਜਾ ਕੇ ਇਲਾਜ ਕਰਾਉਣਾ ਚਾਹੀਦਾ ਅਸੀਂ ਲੈ ਕੇ ਆਏ ਨੇ ਅੱਛਾ ਤੁਸੀਂ ਮਾਸੀ ਪਹਿਲਾਂ ਵੀ ਇੱਥੇ ਆਉਂਦੇ ਰਹੇ ਹੋ ਹਾਂ ਮੈਂ ਪਹਿਲੀ ਵਾਰ ਦੂਜੀ ਵਾਰ ਆਈ ਹਾਂ ਦੂਜੀ ਵਾਰ ਆਏ ਪਹਿਲਾਂ ਤੁਸੀਂ ਮਤਲਬ ਇਲਾਜ ਕਰਵਾ ਕੇ ਗਏ ਹੋ ਇੱਥੋਂ ਹੈ ਤੇ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਮੇਰੇ ਵੀ ਡਿਸਕ ਦੇ ਮਣ ਕੇ ਹਿੱਲੇ ਹੋਏ ਨੇ ਤਿੰਨ ਅੱਛਾ ਮੈਨੂੰ ਡਾਕਟਰਾਂ ਨੇ ਕਹਿਤਾ ਸੀ ਵੀ ਤੇਰੇ ਪਲੇਟਾਂ ਪੈਣਗੀਆਂ ਵੀ ਆਪਰੇਸ਼ਨ ਕਰਵਾ ਲੈ ਤੇ ਮੈਨੂੰ ਆਪਰੇਸ਼ਨ ਤੋਂ ਮੈਨੂੰ ਅਲਰਜੀ ਹੈ ਵੀ ਮੈਨੂੰ ਸ਼ੂਗਰ ਹੈ ਸ਼ੂਗਰ ਕਰਕੇ ਮੇਰਾ ਟੱਕ ਨਹੀਂ ਠੀਕ ਹੁੰਦਾ ਮੈਂ ਕਿਹਾ ਵੀ ਮੈਂ ਇਹਨਾਂ ਕੋਲ ਆ ਕੇ ਦੇਖਿਆ ਵੀ ਇਹਨਾਂ ਨੇ ਮੇਰੇ ਮਣ ਕੇ ਚੱਕੇ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਮੈਂ ਦੁਬਾਰਾ ਇਹਨਾਂ ਨੂੰ ਵੀ ਲੈ ਕੇ ਆਈ ਹਾਂ ਹੁਣ ਆਪਦਾ ਵੀ ਇਲਾਜ ਕਰਾਉਂਗੇ ਇਹਨਾਂ ਮਤਲਬ ਹੁਣ ਪਲੇਟਾਂ ਪਲੂਟਾਂ ਦੀ ਲੋੜ ਨਹੀਂ ਹੈ ਇਦਾਂ ਹੀ ਠੀਕ ਹੋ ਜਾਊਗਾ ਨਹੀਂ ਮੈਂ ਤੁਰਦੀ ਹਾਂ ਫਿਰਦੀ ਹਾਂ ਵਧੀਆ ਆਰਾਮਦਾਰੀ ਨਾਲ ਮੈਂ ਤਾਂ ਤੁਰ ਨਹੀਂ ਸਕਦੀ ਸੀ ਮੈਂ ਤਾਂ ਮੰਜੇ 'ਤੇ ਬੈਠੀ ਸੀ ਮੈਂ ਤਾਂ ਜਮਾ ਹਾਂਜੀ ਬਿਲਕੁਲ ਮੰਜੇ 'ਤੇ ਬੈਠੀ ਸੀ ਤੁਰ ਨਹੀਂ ਸਕਦੀ ਸੀ ਮੈਂ ਹਾਲੇ ਮਤਲਬ ਤੁਹਾਡਾ ਇੱਥੋਂ ਇਲਾਜ ਚੱਲ ਜਿਹੜਾ ਹੈਗਾ ਚੱਲ ਰਿਹਾ ਹਾਂਜੀ ਹਾਂਜੀ ਦਵਾਈ ਵੀ ਦਿੰਦੇ ਨੇ ਜਾਂ ਖਾਲੀ ਮਾਲਿਸ਼ ਹੀ ਕਰਦੇ ਨੇ ਮਾਲਿਸ਼ ਕਰੀ ਕੋਈ ਦਵਾਈ ਨਹੀਂ ਜੀ ਫਿਰ ਤੁਸੀਂ ਕਾਫੀ ਸਾਰੇ ਲੋਕਾਂ ਨੂੰ ਜਾ ਕੇ ਦੱਸਦੇ ਵੀ ਹੋਣਾ ਨਾ ਇੱਥੇ ਜਾ ਕੇ ਇਲਾਜ ਕਰਾਓ ਤੇ ਇਲਾਜ ਮਹਿੰਗਾ ਤਾਂ ਨਹੀਂ ਪੈਂਦਾ ਇੱਥੋਂ ਨਾ ਜੀ ਸਾਨੂੰ ਤਾਂ ਕੋਈ ਮਹਿੰਗਾ ਨਹੀਂ ਪੈਂਦਾ ਆਪ ਤੇ ਦੁੱਖ ਪਿੱਛੇ ਤਾਂ ਹੁਣ ਆਪਾਂ ਨੂੰ ਆਉਣਾ ਹੀ ਪੈਂਦਾ ਹੈਗਾ ਹਾਂਜੀ ਆਇਆ ਦੂਰੋਂ ਪਾਤੜਾਂ ਤੋਂ ਆਇਆ ਸੀ ਹਾਂਜੀ ਹਾਂਜੀ ਕਾਫੀ ਦੂਰ ਪੈ ਜਾਂਦਾ ਪਾਤੜਾਂ ਤੋਂ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਮਾਨਸਾ ਕੋਲੋਂ ਆਏ ਆ ਜੀ ਮਾਨਸਾ ਜੀ ਤੁਹਾਨੂੰ ਕੀ ਪ੍ਰੋਬਲਮ ਆ ਜੀ ਸਨ ਡੈਸਕ ਦੀ ਪ੍ਰੋਬਲਮ ਹੈ ਇਹਨੇ ਲੱਤ ਦੁਖਦੀ ਹੈਗੀ ਪਹਿਲੀ ਵਾਰੀ ਆਏ ਪਹਿਲਾਂ ਵੀ ਇੱਥੇ ਆਏ ਫਸਟ ਟਾਈਮ ਆਏ ਆਂਗੇ ਤੇ ਤੁਸੀਂ ਇੱਥੇ ਬਾਰੇ ਸੁਣਿਆ ਕਿੱਥੋਂ ਕਿ ਇੱਥੇ ਜਾ ਕੇ ਇਲਾਜ ਕਰਾਉਣਾ ਚਾਹੀਦਾ ਤੇ ਵੀਡੀਓ ਦੇਖੀ ਸੀ ਸਰ ਅੱਛਾ ਫੇਸਬੁੱਕ ਹਾਂਜੀ ਸੋ ਅਸੀਂ ਇਸੇ ਕਰਕੇ ਇਹ ਫੇਸਬੁੱਕ ਵਾਸਤੇ ਵੀ ਵੀਡੀਓ ਬਣਾਉਂਦੇ ਆ ਟੀਵੀ ਵਾਸਤੇ ਬਣਾਉਂਦੇ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ੍ਹ ਲੁੱਟ ਵੀ ਹੋ ਰਹੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਮੋਟੇ ਪੈਸੇ ਲੈ ਜਾਂਦੇ ਨੇ ਬੰਦਾ ਫਿਰ ਠੀਕ ਨਹੀਂ ਹੁੰਦਾ ਇੱਥੇ ਆ ਕੇ ਬਹੁਤ ਸਾਰੇ ਲੋਕ ਦੱਸ ਨੇ ਕਿ ਪਹਿਲੀ ਵਾਰੀ ਜਦੋਂ ਆਉਂਦੇ ਨੇ ਪਹਿਲੀ ਵਾਰੀ ਇੱਥੇ ਠੀਕ ਹੋ ਕੇ ਚਲੇ ਜਾਂਦੇ ਨੇ ਕਈਆਂ ਨੂੰ ਦੁਬਾਰਾ ਆਉਣਾ ਵੀ ਪੈਂਦਾ ਪਰ ਜ਼ਿਆਦਾਤਰ ਜਿਹੜੇ ਰਿਜ਼ਲਟ ਹੈਗੇ ਨੇ ਪਹਿਲੀ ਵਾਰੀ ਮਾਲਿਸ਼ ਨਾਲ ਹੀ ਠੀਕ ਹੋ ਜਾਂਦੇ ਨੇ ਮਾਤਾ ਨੇ ਜਿਵੇਂ ਦੱਸਿਆ ਕਿ ਪਲੇਟਾਂ ਪਾਉਣੀਆਂ ਪੈਣੀਆਂ ਡਾਕਟਰਾਂ ਨੇ ਦੱਸਿਆ ਲੇਕਿਨ ਇੱਥੇ ਜਦੋਂ ਆਏ ਨੇ ਹੁਣ ਉਹਨਾਂ ਨੂੰ ਪਲੇਟਾਂ ਪਾਉਣ ਦੀ ਲੋੜ ਨਹੀਂ ਤੇ ਇਦਾਂ ਹੀ ਜਿਹੜੇ ਹੈਗੇ ਨੇ ਉਹ ਠੀਕ ਹੋ ਰਹੇ ਨੇ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਬਸ ਵੀਰੇ ਇਹਨਾਂ ਨੂੰ ਅਸੀਂ ਆਪਾਂ ਹੁਣ ਲੈ ਕੇ ਆਏ ਨਾ ਅੱਛਾ ਨਾਲੇ ਲੈ ਕੇ ਆਏ ਹੋ ਠੀਕ ਹੈ ਤੇ ਤੁਸੀਂ ਮਾਤਾ ਜੀ ਅਸੀਂ ਰੁੜ ਕੇ ਤੋਂ ਆਏ ਜੀ ਰੁੜ ਕੇ ਤੋਂ ਆਏ ਕੀ ਡਿਸਕ ਦੀ ਪ੍ਰੋਬਲਮ ਆ ਗਈ ਤੁਹਾਨੂੰ ਹਾਂਜੀ ਮੇਰੇ ਟੂ ਹੀ ਦੁਖਦੇ ਲੱਤਾਂ ਦੁਖਦੀਆਂ ਅੱਛਾ ਅੱਛਾ ਪਹਿਲੀ ਵਾਰੀ ਆਏ ਸੀ ਤਾਂ ਪਹਿਲੀ ਵਾਰੀ ਆ ਪਹਿਲਾਂ ਸੁਣਿਆ ਕਿੱਥੋਂ ਇੱਥੋਂ ਬਾਰੇ ਮੈਨੂੰ ਮੇਰੀ ਕੁੜੀ ਨੇ ਦੱਸਿਆ ਸੀ ਜੀ ਅੱਜ ਹੀ ਫੋਨ ਕਰਿਆ ਸੀ ਅਸੀਂ ਫਿਰ ਇੱਧਰ ਨੂੰ ਆ ਗਏ ਉਹਨਾਂ ਨੇ ਨੰਬਰ ਦਿੱਤਾ ਫੋਨ ਤੇ ਫਿਰ ਅਸੀਂ ਇੱਥੇ ਆ ਪਹੁੰਚ ਗਏ ਅੱਜ ਹਾਂਜੀ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਮਾਲਿਸ਼ ਦੇ ਰਾਹੀਂ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਨੂੰ ਠੀਕ ਕਰ ਦਿੱਤਾ ਜਾਂਦਾ ਬਜ਼ੁਰਗ ਮਾਤਾ ਜੀ ਦਾ ਗੋਡਾ ਦੁਖਦਾ ਸੀਗਾ ਅਤੇ ਗੋਡੇ 'ਤੇ ਮਾਲਿਸ਼ ਵੀ ਕੀਤੀ ਹੈ ਮੁਖਤਾਰ ਜੀ ਜੇ ਗੱਲ ਕਰੀਏ ਆਪਾਂ ਇੱਥੇ ਦੀ ਫੀਸ ਦੀ ਗੱਲ ਕਰੀਏ ਤਾਂ ਕਿੰਨੀ ਕੁ ਫੀਸ ਹੈਗੀ ਹੈ ਫੀਸ ਜੀ ਤਕਰੀਬਨ 150 ਲਾਸਟ ਬਾਹਲਾ ਖਰਾਬ ਹੁੰਦਾ 200 ਬਸ 150 ਬਾਅਦ 200 ਰੁਪਇਆ ਹਾਂਜੀ ਇਹ ਵੀ ਆ ਅਗਲੇ ਕਹਿੰਦਾ ਚੈੱਕ ਕਰਕੇ ਦੇਖ ਕਿਤੇ ਕੋਈ ਫਲਟ ਆ ਦੁਬਾਰਾ ਦਿਖਾ ਹਾਂਜੀ ਇਹ ਸਾਡਾ ਫਰਜ਼ ਹੈ ਠੀਕ ਹੈ ਕੱਲ੍ਹ
ਕੀ ਤੁਹਾਡੇ ਜਿਹੜੇ ਦਾਦਾ ਜੀ ਕਹਿ ਕੇ ਗਏ ਨੇ ਕਿ ਸੇਵਾ ਹੀ ਕਰਨੀ ਹੈ? ਬਸ ਸੇਵਾ ਦਾ ਹੀ ਮੁੱਲ ਹੈ, ਸੇਵਾ ਦਾ ਹੀ ਮੁੱਲ ਹੈ। ਤੇ ਆਪਾਂ ਇਸ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਵੀ ਰਹੇ ਨੇ, ਇਸ ਵਾਰ ਬਹੁਤ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੈ, ਕਿਸੇ ਨੂੰ ਸਰਵਾਈਕਲ ਹੋਇਆ ਹੋਇਆ, ਕਿਸੇ ਦੇ ਜੋੜਾਂ 'ਤੇ, ਕਿਸੇ ਦੇ ਮੋਢਿਆਂ 'ਚ, ਗੋਡਿਆਂ 'ਚ ਦਰਦ ਹੈਗਾ। ਇੱਥੋਂ ਦਾ ਪ੍ਰੋਪਰ ਜੇ ਐਡਰੈਸ ਆਪਾਂ ਜਾਣਨਾ ਚਾਹੇ, ਕੋਈ ਇੱਥੇ ਤੁਹਾਨੂੰ ਆ ਕੇ ਇਲਾਜ ਕਰਵਾਉਣਾ ਚਾਹੁੰਦਾ ਤਾਂ ਕਿਵੇਂ ਆ ਸਕਦਾ? ਇੱਥੇ ਪ੍ਰੋਪਰ ਐਡਰੈਸ ਕੀ ਹੈ ਜੀ? ਟੋਟਲ ਜੀ ਸਾਡਾ, ਸਾਨੂੰ ਮੇਨ ਬਸੋੜ ਪੈਂਦਾ। ਬਸੋੜ? ਹਾਂਜੀ, ਬਸੋੜ ਦੇ ਨਾਲ ਇਹ 1 ਕਿਲੋਮੀਟਰ ਹਟਮਾ ਰੋਡ ਹੈ, ਇਹ ਲਿੰਕ ਰੋਡ ਰਾਂਚਣਾ ਪਿੰਡ ਨੂੰ ਕਹਿੰਦੇ ਆ। ਜੇ ਕਾਗਜ਼ਾਂ ਚੱਲੀ ਤਾਂ ਰਜਿੰਦਰਾਪੁਰੀ ਆਉਂਦਾ। ਰਜਿੰਦਰਾਪੁਰੀ? ਹਾਂਜੀ, ਠੀਕ ਹੈ ਜੀ। ਸੋ ਇਹ ਧੂਰੀ ਦੇ ਵਿੱਚ ਆ ਜਾਂਦਾ ਏਰੀਆ? ਇਹ ਧੂਰੀ ਹੈ, ਸੰਗਰੂਰ ਜ਼ਿਲ੍ਹਾ ਪੈ ਜਾਂਦਾ। ਮਤਲਬ ਜੇ ਕੋਈ ਵੀ ਇਲਾਜ ਕਰਵਾਉਣ ਆਉਣਾ ਚਾਹੁੰਦਾ ਇੱਥੇ ਅਤੇ ਵੀਡੀਓ ਦੇਖ ਰਿਹਾ, ਤਾਂ ਇਹ ਜਿਹੜਾ ਏਰੀਆ ਦੱਸ ਰਹੇ ਨੇ ਇਹ ਧੂਰੀ ਦੇ ਵਿੱਚ ਪੈਂਦਾ, ਰਜਿੰਦਰਾਪੁਰੀ, ਅਤੇ ਪਿੰਡ ਦਾ ਨਾਮ ਹੈਗਾ ਇੱਥੇ ਰਾਂਚਣਾ। ਅਤੇ ਪੁਰਾਣਾ ਨਾਮ ਰਾਂਚਣਾ? ਰਾਂਚਣਾ, ਹਾਂਜੀ। ਇਹ ਰਾਜਾ ਪਟਿਆਲ ਦਾ ਪਿੰਡ ਬੰਨਿਆ ਆ ਰਜਿੰਦਰਾਪੁਰੀ। ਅੱਛਾ ਅੱਛਾ ਜੀ, ਪਹਿਲਾਂ ਪਰ ਪਟਿਆਲੇ ਰਾਜੇ ਨੇ ਪਿੰਡ ਬੰਨਿਆ ਸੀ। ਠੀਕ ਹੈ ਜੀ, ਹਾਂਜੀ। ਅਤੇ ਕਦੇ ਤੁਸੀਂ ਸੋਚਿਆ ਨਹੀਂ ਕਿ ਇਸ ਛੋਟੇ ਕਮਰੇ ਵਿੱਚ ਤੁਸੀਂ ਇਲਾਜ ਕਰਦੇ ਹੋ, ਰੋਜ਼ਾਨਾ ਤੁਹਾਡੇ ਕੋਲ ਵੱਡੀ ਗਿਣਤੀ ਲੋਕ ਆਉਂਦੇ ਨੇ? ਸਾਰਾ ਦਿਨ ਹੀ ਚੱਲੀ ਜਾਂਦਾ, ਸਾਰਾ ਦਿਨ ਹੀ ਇਹ ਕੰਮ ਹੈ। ਸੋਚਿਆ ਨਹੀਂ ਵੱਡਾ ਹਸਪਤਾਲ ਬਣਾ ਲਓ ਹੁਣ? ਮੈਂ ਤਾਂ ਉਹੀ ਬਾਲਿਆਂ ਵਾਲਾ, ਮੈਂ ਤਾਂ ਉਹੀ ਬਾਲਿਆਂ ਵਾਲਾ। ਇਲਾਜ ਵੱਡੇ ਹਸਪਤਾਲ 'ਚ ਜਾ ਕੇ ਨਹੀਂ ਬਣਦਾ, ਹਾਂ ਇੱਥੇ ਹੀ ਬਣੂਗਾ। ਹਾਂ, ਤੁਹਾਨੂੰ ਪਤਾ ਵੱਡੇ ਹਸਪਤਾਲ ਜਾ ਕੇ ਫਿਰ ਲਾਲਚ ਵੱਧ ਜਾਂਦੇ ਨੇ, ਇੱਥੇ ਹੀ ਠੀਕ ਆ, ਇੱਥੇ ਠੀਕ। ਸੋ ਇਹ ਜੋ ਮਾਵਾਂ ਵੀ ਇੱਥੇ ਆਈਆਂ ਹੋਈਆਂ ਨੇ, ਇਹਨਾਂ ਦਾ ਕਹਿਣਾ ਕਿ ਇਲਾਜ ਇੱਥੋਂ ਹੀ ਵੱਡੇ ਹਸਪਤਾਲਾਂ ਵਿੱਚ ਲੁੱਟ ਹੁੰਦੀ ਹੈ ਅਤੇ ਇਲਾਜ ਇੱਥੋਂ ਹੀ ਹੁੰਦਾ। ਸੋ ਇਸ ਕਰਕੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ, ਜਿਹੜੇ ਵੀ ਚੰਗੇ ਡਾਕਟਰ ਨੇ, ਜਿਹੜੇ ਵੀ ਚੰਗੇ ਵੈਦ ਹੈਗੇ ਨੇ ਤੁਹਾਡੇ ਰੂਬਰੂ, ਉਹਨਾਂ ਨੂੰ ਕਰਵਾਇਆ ਜਾਵੇ ਤਾਂ ਜੋ ਤੁਸੀਂ ਵੀ ਇਸ ਨੂੰ ਦੇਖੋ ਅਤੇ ਇੱਥੇ ਆ ਕੇ ਆਪਣਾ ਇਲਾਜ ਕਰਵਾ ਲਓ। ਕਿਉਂਕਿ ਸਭ ਤੋਂ ਵੱਡੀ ਗੱਲ ਹੈਗੀ ਕਿ ਸਿਹਤ, ਬੰਦੇ ਦੀ ਠੀਕ ਹੋਣੀ ਚਾਹੀਦੀ। ਜੇ ਬੰਦਾ ਸਿਹਤਯਾਬ ਹੋਵੇ ਤਾਂ ਹਰ ਕੰਮ ਜਿਹੜਾ ਹੈਗਾ ਉਹ ਸੁਖਾਲਾ ਹੋ ਜਾਂਦਾ। ਮਾਤਾ ਜੀ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਉਹ ਮਾਤਾ ਜੀ ਦੀ ਹੁਣ ਗਰਦਨ ਦੀ ਮਾਲਿਸ਼ ਕੀਤੀ ਹੈ, ਹੁਣ ਕੁਝ ਫਰਕ ਪਿਆ ਮਾਤਾ ਜੀ? ਹਾਂ ਫਰਕ ਹੈ ਵੀਰੇ, ਫਰਕ ਦੇ ਮਾਰੀ ਆਉਂਦੇ ਇੱਥੇ ਤਾਂ। ਹਾਂ ਠੀਕ ਹੈ, ਤਾਂ ਹੁਣ ਗਰਦਨ ਤੁਸੀਂ ਹਿਲਾ ਰਹੇ ਹੋ, ਪਹਿਲਾਂ ਨਹੀਂ ਹਿਲਦੀ ਸੀ? ਹਾਂ ਕੁਛ ਨਹੀਂ ਯਾਰ, ਮੈਂ ਬੈਠੀ ਬੈਠੀ ਡੱਬੇ ਤੋਂ ਇੱਧਰ ਨੂੰ ਉਲਟ ਗਈ, ਬਹਿ ਗਈ ਤੇ ਡੱਬੇ ਜੇ ਤੇ ਉਹਦੇ ਉਲਟਣ ਨਾਲ ਹੋ ਗਿਆ। ਹੁਣ ਤਾਂ ਮੇਰੀ ਇੱਧਰ ਹੀ ਲੱਤ 'ਚ ਪਲੇਟ ਪਈ ਵੀ ਹੈ, ਤੇ ਪਰ ਇੱਥੇ ਆ ਕੇ ਠੀਕ ਹੋ ਜਾਂਦੀ ਹਾਂ। ਹਾਂ, ਸੋ ਤੁਸੀਂ ਦੇਖਿਆ ਕਿ ਇੱਥੇ ਪਿੱਛੇ ਵੀ ਇਲਾਜ ਕਰਦੇ ਹੁੰਦੇ ਨੇ, ਅਤੇ ਗੱਲਬਾਤ ਕਰਾਂਗੇ ਅਸੀਂ, ਅਤੇ ਆਓ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਹਾਂ ਕਿ ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇੱਥੇ ਲਿਟਾ ਕੇ ਵੀ ਉਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਇੱਥੇ ਹੁੰਦਾ। ਸੋ ਦੇਖ ਸਕਦੇ ਹੋ ਤੁਸੀਂ ਇੱਥੇ, ਅਤੇ ਭਾਅ ਜੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਜੀ, ਤੁਹਾਡਾ ਕੀ ਨਾਮ ਸਭ ਤੋਂ ਪਹਿਲਾਂ ਦੱਸ ਦਿਓ? ਮੇਰਾ ਜੀ ਭੋਲਾ ਜੀ। ਭੋਲਾ ਜੀ, ਤੁਸੀਂ ਇੱਥੇ ਕਦੋਂ ਤੋਂ ਕਰ ਰਹੇ ਹੋ? ਡਾਕਟਰ ਸਾਹਿਬ ਦੇ ਨਾਲ ਹੀ ਹੁੰਦੇ, 3 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੇ। ਠੀਕ ਹੈ, ਜਿਹੜੇ ਉਹਨਾਂ ਦੇ ਗੁਰ ਹੁਣ ਤੁਸੀਂ ਵੀ ਸਾਰੇ ਆਪਣੇ ਸੰਭਾਲ ਰਹੇ, ਠੀਕ ਹੈ। ਇਹਨਾਂ ਨੂੰ ਕੀ ਪ੍ਰੋਬਲਮ ਆਈ ਭੋਲਾ ਜੀ? ਇਹਨਾਂ ਨੂੰ ਕਮਰ ਦੀ ਹੈ। ਹਾਂਜੀ ਹਾਂਜੀ, ਕੋਈ ਡਿਸਕ ਕਮਰ ਜਾਂ ਕੋਈ ਰੀੜ ਦੀ ਹੱਡੀ ਜਾਂ ਕੁਛ ਵੀ ਆ, ਇਹ ਉਹ ਇੱਧਰ ਹੋ ਇੱਧਰ ਹੁੰਦਾ ਅਤੇ ਉੱਧਰ ਸਰਵਾਈਕਲ ਦੇ ਗੋਡੇ ਕਰਦੇ ਆ। ਅਤੇ ਤੁਹਾਡੇ ਨੂੰ ਹੱਥ ਲਾ ਕੇ ਦੱਸੋਗੇ ਤੁਸੀਂ ਕਿੱਥੇ ਪ੍ਰੋਬਲਮ ਹੈਗੀ ਤੁਹਾਨੂੰ ਜੀ? ਅੱਛਾ, ਇੱਥੇ ਪ੍ਰੋਬਲਮ ਹੈਗੀ, ਠੀਕ ਹੈ ਠੀਕ ਹੈ ਠੀਕ ਹੈ। ਫਿਰ ਤੁਸੀਂ ਮਾਲਿਸ਼ ਨਾਲ ਹੀ ਠੀਕ ਕਰ ਦਿੰਦੇ? ਬਸ ਸਾਨੂੰ ਮਾਲਿਸ਼ ਨੂੰ ਮਿਲਾਂਗੇ ਜਿਹਨਾਂ ਨਾਲ ਤਿਆਰ ਕਰਦੇ ਨੇ। ਕਾਰਨ ਮੰਨਦੇ ਕਿ ਅੱਜ ਇੰਨੀ ਸਾਇੰਸ ਆ ਗਈ, ਵੱਡੇ ਵੱਡੇ ਡਾਕਟਰ ਜਿਹੜੇ ਹੈਗੇ ਨੇ ਉੱਥੇ ਇੰਨੀਆਂ ਮਸ਼ੀਨਾਂ ਰੱਖੀਆਂ, ਐਕਸਰਾ ਕਰਦੇ ਨੇ, ਪਹਿਲਾਂ 2500 ਰੁਪਏ ਐਕਸਰੇ ਦਾ ਲੱਗਦਾ ਜੀ, ਉਦੋਂ ਬਾਅਦ ਫਿਰ ਆਪਦੀ ਡਾਕਟਰਾਂ ਦੀ ਫੀਸ ਹੈ, ਦਵਾਈਆਂ ਲਿਖਦੇ ਨੇ ਤਾਂ ਜਾ ਕੇ ਕਹਿੰਦੇ ਠੀਕ ਹੋ ਗਏ। ਤੁਸੀਂ 150-200 ਰੁਪਏ 'ਚ ਬੰਦਾ ਠੀਕ ਕਰ ਦਿੰਦੇ ਹੋ? ਬਸ ਜੀ ਹੁਣ ਸਾਡਾ ਕੰਮ ਹੀ ਇੱਦਾਂ ਹੱਥਾਂ ਨਾਲ ਕੰਮ ਕਰਨਾ ਸੀ, ਤਾਂ ਉਹਨਾਂ ਦਾ ਤੁਹਾਨੂੰ ਪਤਾ ਵੀ ਲੁੱਟ ਹੱਥਾਂ ਦੇ ਅੱਗੇ ਸਾਇੰਸ ਫੇਲ ਮਤਲਬ। ਹਾਂਜੀ ਹਾਂ, ਉਹ ਤਾਂ ਦੇਖਦੇ ਨਹੀਂ, ਐਕਸਰਾ ਵਗੈਰਾ MRI ਵਗੈਰਾ ਦੇਖਦੇ ਨਹੀਂ, ਉਹ ਤਾਂ ਇੱਦਾਂ ਕਹਿੰਦੇ ਤੁਹਾਡਾ ਆਪਰੇਸ਼ਨ ਹੋਊਗਾ, ਹੁਣ ਆਪਰੇਸ਼ਨ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਹੈਗੀ, ਦਵਾਈਆਂ ਲਿਖ ਦੇਣੀਆਂ ਨੇ ਬਸ ਇੱਦਾਂ। ਹੋਰ ਤੁਹਾਨੂੰ ਕਿਵੇਂ ਆਈਡੀਆ ਲੱਗ ਜਾਂਦਾ ਵੀ ਹੁਣ ਤੁਸੀਂ ਦੱਸੋ ਕਿ ਇਹਨਾਂ ਨੂੰ ਇੱਥੋਂ ਦਰਦ ਹੈਗਾ, ਹੈ ਨਾ, ਅਤੇ ਕੀ ਲੱਗ ਮਤਲਬ ਕਿ ਨਸ ਦੱਬੀ ਹੁੰਦੀ ਹੈ ਕੋਈ? ਹਾਂ ਕਿ ਉਹ ਨਸ ਹੁੰਦੀ ਹੈ ਜਾਂ ਕੋਈ ਮਸਲ ਹੁੰਦੇ ਨੇ ਜਾਂ ਕੋਈ ਮਣਕ ਇੱਧਰ ਹੋਇਆ ਜਾਂ ਡਿਸਕ ਦੀ ਦਿੱਕਤ ਆ ਰਹੀ ਆ, ਸਾਨੂੰ ਹੱਥ ਲਾਏ ਅਸੀਂ ਹੱਥ ਫੇਰ ਕੇ ਦੱਸ ਦਿੰਦੇ ਵੀ ਕਿੱਥੇ ਕੀ ਦਿੱਕਤ ਸਾਨੂੰ ਹੁਣ, ਅਸੀਂ ਹੱਥ ਫੇਰੇ ਸਾਨੂੰ ਇਹਨੂੰ ਆਹ ਚੀਜ਼ ਦੀ ਦਿੱਕਤ ਆ ਰਹੀ ਹੈ ਇੱਥੋਂ। ਲੋਕਾਂ ਨੂੰ ਪ੍ਰੋਬਲਮ ਹੈਗੀ ਹੈ, ਉਹ ਕਈ ਵਾਰੀ ਹੁੰਦਾ ਕਿ ਫੋਨ ਕਰਕੇ ਕੋਈ ਆਉਣਾ ਚਾਹੁੰਦਾ ਹੋਵੇ ਨਾ, ਕਿਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ? ਨੰਬਰ ਹੈਗਾ 94-71-83-196, ਜਿਹੜਾ ਬਾਹਰ ਲਿਖਿਆ ਹੋਇਆ ਨੰਬਰ ਹੈ, ਬਾਹਰ ਲਿਖਿਆ ਜੀ, ਮੁਖਤਿਆਰ ਸਿੰਘ ਦਾ ਨੰਬਰ ਹੈਗਾ ਇੱਥੇ, ਮੁਖਤਿਆਰ ਸਿੰਘ ਦਾ ਨੰਬਰ ਹੈ। ਤੁਸੀਂ ਲਿਖਿਆ ਹੋਇਆ ਕਿ ਫੋਨ ਕਰਕੇ ਇੱਥੇ ਆਓ, ਮੈਂ ਵੈਸੇ ਕੱਲ੍ਹ ਦਾ ਟਰਾਈ ਕਰ ਰਿਹਾ ਸੀਗਾ, ਅੱਗੋਂ ਕੋਈ ਰਿਪਲਾਈ ਨਹੀਂ ਆਇਆ, ਬਿਜ਼ੀ ਕਾਫੀ ਜਾ ਰਿਹਾ ਸੀ ਫੋਨ, ਲੋਕ ਬਹੁਤ ਜ਼ਿਆਦਾ ਕਰ ਰਹੇ ਨੇ, ਫੋਨ ਵੀ ਨਹੀਂ ਸੁਣੇ ਜਾਂਦੇ ਸਾਤੋਂ, ਇਹਦੇ ਕਰਕੇ ਇਸ ਕਰਕੇ ਬਿਨਾਂ ਦੱਸੇ ਆ ਗਿਆ ਫਿਰ ਅੱਜ। ਫੋਨ ਬਹੁਤ ਜ਼ਿਆਦਾ ਆ ਰਹੇ ਨੇ, ਫੋਨ ਤਾਂ ਜੇ ਸੁਣਦੇ ਸੁਣਦੇ 2-3 ਦਿਨ ਵਿੱਚ ਫਿਰ ਹੋਰ ਆ ਜਾਂਦੇ ਨੇ ਫੋਨ, ਇਸ ਕਰਕੇ ਫਿਰ ਫੋਨ ਦੀ ਬਹੁਤ ਦਿੱਕਤ ਆਉਂਦੀ ਹੈ ਸਾਨੂੰ। ਹਾਂਜੀ।
ਇਸੇ ਤਰ੍ਹਾਂ ਹੀ ਸੇਵਾ ਕਰਨੀ ਹੈ? ਹਾਂ, ਇਸ ਤਰ੍ਹਾਂ ਹੀ ਕਰਦੇ ਰਹਾਂਗੇ। ਲੋਕਾਂ ਦੀ ਸੇਵਾ ਹੁੰਦੀ ਹੈ ਤਾਂ ਚੰਗੀ ਗੱਲ ਆ। ਲੋਕ ਧੱਕੇ ਖਾਂਦੇ, ਫਿਰ ਦਵਾਈਆਂ ਖਾਂਦੇ ਆ, ਆਪਰੇਸ਼ਨ ਕਰਾਉਂਦੇ ਆ। ਸਾਡੇ ਕੋਲ ਆਉਂਦੇ ਨੇ ਵਿੱਚ, ਕਹਿੰਦੇ ਕੋਈ ਆਪਰੇਸ਼ਨ ਹੋ ਜੀ, ਕੋਈ ਰੀੜ੍ਹ ਦੀ ਹੱਡੀ ਦੀ ਵਿੰਗੀ ਆ ਜੀ, ਕੋਈ ਕੁਛ। ਡਾਕਟਰ ਤੁਹਾਨੂੰ ਪਤਾ ਅੱਜ ਕੱਲ੍ਹ ਡਰਾ ਦਿੰਦੇ ਨੇ ਚੀਜ਼ਾਂ ਨੂੰ, ਤੁਹਾਡੇ ਤੁਹਾਡੀ ਰੀੜ੍ਹ ਦੀ ਹੱਡੀ ਵਿੰਗੀ ਆ ਜੀ, ਤੇਰੀ ਡਿਸਕ ਵਿੰਗੀ ਹੋ ਗਈ, ਤੇਰੀ ਰੀੜ੍ਹ ਦੀ ਹੱਡੀ 'ਚ ਬਲ ਆ, ਤੇਰੀ ਡਿਸਕ ਟੇਢੀ ਹੋ ਗਈ, ਇਹ ਹੋ ਗਈ, ਬਹੁਤ ਕੁਛ ਡਾਕਟਰ ਡਰਾਉਂਦੇ ਨੇ ਚੀਜ਼ਾਂ ਨੂੰ। ਮੈਂ ਕਈ ਮਾਤਾ ਨਾਲ ਗੱਲ ਕਰਦਾ ਹਾਂ ਨਾ, ਬਜ਼ੁਰਗ ਦੱਸਦੇ ਨੇ ਕਿ ਡਾਕਟਰਾਂ ਨੇ ਦੱਸਿਆ ਕਿ ਭਾਈ ਗੋਡੇ ਬਦਲਾਉਣੇ ਪੈਣੇ ਨੇ, ਗੋਡਿਆਂ ਦੀ ਗਰੀਸ ਖਤਮ ਹੋ ਗਈ ਹੈ। ਇੱਦਾਂ ਦੇ ਪੇਸ਼ੈਂਟ ਆਉਂਦੇ ਨੇ ਤੁਹਾਡੇ ਕੋਲ ਜਿਹੜੇ ਕਹਿੰਦੇ ਨੇ ਗੋਡੇ ਬਦਲਾਉਣੇ ਪੈਣੇ? ਤਰ੍ਹਾਂ ਦੇ ਆਉਂਦੇ ਨੇ ਜੀ। ਨਹੀਂ ਫਿਰ ਤੁਸੀਂ ਉਹਨਾਂ ਨੂੰ ਠੀਕ ਕਰ ਦਿੰਦੇ ਕਿ ਗੋਡੇ ਬਦਲਾਉਣੇ ਹੀ ਪੈਂਦੇ ਨੇ? ਨਹੀਂ ਨਹੀਂ, ਬਦਲਾਉਣੇ ਹੀ ਪੈਂਦੇ ਹੈਗੇ। ਉਹ ਤਾਂ ਇਹਨਾਂ ਦੇ ਲੈਗਾਮੈਂਟ ਹੁੰਦੇ ਨੇ, ਲੈਗਾਮੈਂਟ ਟੇਢੇ ਹੁੰਦੇ ਨੇ। ਡਾਕਟਰ ਕਹਿੰਦੇ ਨੇ ਆਪਰੇਸ਼ਨ ਹੋਊਗਾ, ਲੈਗਾਮੈਂਟ ਟੇਢਾ ਹੋਇਆ, ਲੈਗਾਮੈਂਟ ਨੇ ਟੇਢਾ ਹੋਣਾ ਤਾਂ ਦਰਦ ਤਾਂ ਹੋਣਾ ਹੀ ਉਹਨਾਂ ਦਾ। ਅਸੀਂ ਡਾਕਟਰ ਸਾਹਿਬ ਲੈਗਾਮੈਂਟ ਸੈੱਟ ਕਰਦੇ ਆ, ਉਹ ਸਹੀ ਚਲੋ ਤਾਂ ਸਹੀ ਹੋ ਜਾਣਾ। ਅੱਛਾ, ਮਤਲਬ ਕਿ ਉਸੇ ਚੀਜ਼ ਨੂੰ ਸੈੱਟ ਕਰ ਦਿੰਦੇ? ਆਪਰੇਸ਼ਨ ਤਾਂ ਜ਼ਿਆਦਾ ਹੋਊਗਾ ਜੇ ਲੈਗਾਮੈਂਟ ਟੁੱਟਿਆ ਹੋਊਗਾ ਜਾਂ ਫੈਕਚਰ ਹੋਊਗਾ, ਜਾਂ ਲੈਗਾਮੈਂਟ ਸਹੀ ਆ, ਜਾਂ ਲੈਗਾਮੈਂਟ ਟੇਢਾ ਹੋਇਆ, ਜਾਂ ਗੇੜਾ ਖਾ ਕੇ ਗੋਡਾ, ਉਹਦਾ ਆਪਰੇਸ਼ਨ ਤਾਂ ਕੋਈ ਐਡੀ ਨਹੀਂ ਨਾ ਬਣਦਾ। ਹਾਂ, ਉਹਦਾ ਕੋਈ ਆਪਰੇਸ਼ਨ ਨਹੀਂ। ਮਤਲਬ ਤੁਸੀਂ ਕਹਿ ਰਹੇ ਹੋ ਗੋਡੇ ਬਦਲਾਉਣ ਦੀ ਲੋੜ ਨਹੀਂ ਹੈਗੀ, ਨਾ ਆਪਰੇਸ਼ਨ ਕਰਾਉਣ ਦੀ ਲੋੜ, ਤਾਂ ਇੱਥੇ ਆਓ ਅਤੇ ਮਾਲਿਸ਼ ਨਾਲ ਹੀ ਠੀਕ ਤੁਸੀਂ ਕਰ ਦਿੰਦੇ ਹੋ, ਅਤੇ ਡਿਸਕ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਨੋਰਮਲੀ ਠੀਕ ਹੋ ਜਾਂਦੀ, ਕੋਈ ਆਪਰੇਸ਼ਨ ਦੀ ਲੋੜ ਨਹੀਂ ਹੈਗੀ? ਆਪਰੇਸ਼ਨ ਦੀ ਲੋੜ ਨਹੀਂ, ਜਾਂ ਕੋਈ ਫੈਕਚਰ ਨਹੀਂ ਹੈਗਾ? ਠੀਕ ਹੈ, ਮਤਲਬ ਹਰ ਤਰ੍ਹਾਂ ਦਾ ਜਿਵੇਂ ਪ੍ਰੋਬਲਮ ਜਿਹੜੀ ਆਉਂਦੀ ਤੁਹਾਡੇ ਕੋਲ ਨਸਾਂ ਦੀ, ਸਾਰੇ ਤੁਸੀਂ ਠੀਕ ਕਰਦੇ ਹੋ? ਲੱਤ 'ਚ ਦਰਦ ਚਲਾ ਗਿਆ, ਕਹਿੰਦੇ ਨੇ ਇਹਦੇ ਮਣਕਾ ਹੋ ਗਿਆ ਜੀ, ਮਣਕੇ ਨਸ ਬਲੋਕ ਹੋ ਗਈ ਜੀ, ਇਹ ਮਣਕੇ ਦਾ ਆਪਰੇਸ਼ਨ ਹੋਊਗਾ, ਇੱਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਠੀਕ ਹੈ ਜੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਅਤੇ ਇੱਥੇ ਤੁਸੀਂ ਆਓਗੇ, ਇਹਨਾਂ ਨੇ ਆਪਣਾ ਨੰਬਰ ਵੀ ਦੱਸਿਆ ਬਾਹਰ ਜਿਹੜਾ ਲੱਗਿਆ ਹੋਇਆ ਸੀਗਾ, ਅਤੇ ਇਹ ਰਾਂਚਨਾ ਪਿੰਡ ਹੈਗਾ, ਧੂਰੀ ਦੇ ਵਿੱਚ ਪੈਂਦਾ ਇਹ ਪਿੰਡ, ਅਤੇ ਖਾਸ ਤੌਰ 'ਤੇ ਰਜਿੰਦਰਾਪੁਰੀ ਦੇ ਲਾਗੇ, ਰਜਿੰਦਰਾਪੁਰੀ ਪਾਵਾਂਗੇ ਨੈੱਟ 'ਤੇ, ਅਤੇ ਰਾਂਚਨਾ ਪਿੰਡ ਇੱਥੇ ਤੁਸੀਂ ਪਹੁੰਚ ਜਾਓਗੇ, ਅਤੇ ਫੀਸ ਵੀ ਕੋਈ ਬਾਹਲੀ ਨਹੀਂ ਹੈਗੀ, 150 ਅਤੇ 200 ਰੁਪਈਆ ਫੀਸ ਹੈਗੀ ਹੈ। ਪਰ ਵੱਡੀ ਗੱਲ ਜਿਹੜੀ ਹੈਗੀ ਹੈ, ਸਾਨੂੰ ਵੀ ਸੁਣਨ ਵਿੱਚ ਆਇਆ ਸੀਗਾ ਕਿ ਇੱਥੇ ਜਿਹੜੇ ਵੀ ਲੋਕ ਆਉਂਦੇ ਨੇ ਠੀਕ ਹੋ ਕੇ ਜਾਂਦੇ ਨੇ, ਜਿਨ੍ਹਾਂ ਨੂੰ ਡਾਕਟਰ ਕਹਿੰਦੇ ਨੇ ਤੁਹਾਡਾ ਆਪਰੇਸ਼ਨ ਹੋਊਗਾ ਜੀ, ਤੁਹਾਡੇ ਪਲੇਟਾਂ ਪੈਣਗੀਆਂ, ਤੁਹਾਡੇ ਗੋਡੇ ਬਦਲੇ ਜਾਣਗੇ, ਇੱਥੇ ਆ ਕੇ ਉਹ ਠੀਕ ਹੋ ਕੇ ਜਾਂਦੇ ਨੇ ਸਿਰਫ 150 ਤੋਂ 200 ਰੁਪਈਏ ਦੇ ਵਿੱਚ। ਮਤਲਬ ਕਿ ਨਾ ਤਾਂ ਫਿਰ ਉਹਨਾਂ ਦੇ ਗੋਡੇ ਬਦਲਣੇ ਪੈਂਦੇ, ਨਾ ਹੀ ਉਹਨਾਂ ਦਾ ਆਪਰੇਸ਼ਨ ਹੁੰਦਾ, ਨਾ ਹੀ ਪਲੇਟਾਂ ਜਿਹੜੀਆਂ ਹੈਗੀਆਂ ਨੇ ਪਾਉਣੀਆਂ ਪੈਂਦੀਆਂ। ਕਹਿੰਦੇ ਕਿ ਕਈ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਗੁਰ ਹੁੰਦਾ, ਅਤੇ ਉਹ ਗੁਰ ਇੱਥੇ ਜ਼ਰੂਰ ਹੈਗਾ ਕਿ ਇਹਨਾਂ ਹੱਥਾਂ ਦੇ ਅੱਗੇ ਜਿਹੜੀ ਅੱਜ ਸਾਇੰਸ ਵੀ ਆਪਾਂ ਕਹੀਏ ਕਿ ਇੱਕ ਤਰੀਕੇ ਨਾਲ ਫੇਲ ਹੈ, ਕਿ ਵੱਡੇ ਵੱਡੇ ਪਾਸੇ ਇੱਕ ਪਾਸੇ ਮਸ਼ੀਨਾਂ ਲੱਗੀਆਂ ਹੋਈਆਂ ਨੇ, ਐਕਸਰੇ ਮਸ਼ੀਨਾਂ ਲੱਗੀਆਂ ਹੋਈਆਂ ਨੇ, MRP ਮਸ਼ੀਨਾਂ ਸਕੈਨਿੰਗ ਕਰਨੀਆਂ ਬਥੇਰੀਆਂ ਮਸ਼ੀਨਾਂ ਨੇ, ਅਤੇ ਦੂਜੇ ਪਾਸੇ ਇਹ ਹੱਥਾਂ ਦਾ ਹੀ ਕਮਾਲ ਹੈਗਾ ਕਿ ਇਨਸਾਨ ਦੀ ਜਿਹੜੀ ਅਸਲ ਮੁਸ਼ਕਲ ਹੈਗੀ ਹੈ, ਬਿਮਾਰੀ ਹੈਗੀ ਹੈ, ਇਹ ਹੱਥ ਹੀ ਉਸ ਨੂੰ ਫੜ ਲੈਂਦੇ ਨੇ ਅਤੇ ਮਾਲਿਸ਼ ਕਰਕੇ ਉਹ ਠੀਕ ਕਰ ਦਿੰਦੇ। ਵੱਡੀ ਗੱਲ ਜਿਹੜੀ ਹੈਗੀ ਹੈ, ਸਾਨੂੰ ਵੀ ਸੁਣਨ ਵਿੱਚ ਆਇਆ ਸੀਗਾ ਕਿ ਇੱਥੇ ਜਿਹੜੇ ਵੀ ਲੋਕ ਆਉਂਦੇ ਨੇ ਠੀਕ ਹੋ ਕੇ ਜਾਂਦੇ ਨੇ, ਜਿਨ੍ਹਾਂ ਨੂੰ ਡਾਕਟਰ ਕਹਿੰਦੇ ਨੇ ਤੁਹਾਡਾ ਆਪਰੇਸ਼ਨ ਹੋਊਗਾ ਜੀ, ਤੁਹਾਡੇ ਪਲੇਟਾਂ ਪੈਣਗੀਆਂ, ਤੁਹਾਡੇ ਗੋਡੇ ਬਦਲੇ ਜਾਣਗੇ, ਇੱਥੇ ਆ ਕੇ ਉਹ ਠੀਕ ਹੋ ਕੇ ਜਾਂਦੇ ਨੇ। ਪਟਨਾ ਵੀ ਗੱਲਬਾਤ ਕਰਦੇ, ਗੁੱਲਾ ਚਿੱਕਾ ਤੋਂ, ਹਰਿਆਣਾ ਤੋਂ ਆਏ ਨੇ, ਅਤੇ ਤੁਸੀਂ ਗੁੱਲਾ ਚਿੱਕਾ ਵੀ ਕਾਫੀ ਇੱਥੇ ਦੂਰ ਪੈਂਦਾ, ਆਈ ਥਿੰਕ ਨਾ? ਹਾਂਜੀ ਹਾਂ, 95 ਕਿਲੋਮੀਟਰ ਪੈਂਦਾ ਜੀ ਇੱਥੋਂ। ਅੱਛਾ ਜੀ, ਇੰਨੀ ਦੂਰੋਂ ਤੁਸੀਂ ਇੱਥੇ ਆਇਓ, ਅਤੇ ਤੁਹਾਨੂੰ ਇੱਥੇ ਬਾਰੇ ਕਿਵੇਂ ਪਤਾ ਚੱਲਿਆ? ਸਭ ਤੋਂ ਪਹਿਲਾਂ ਲਿਵਿੰਗ ਟੀਵੀ ਦਾ ਬਹੁਤ ਬਹੁਤ ਥੈਂਕਸ। ਹਾਂਜੀ ਹਾਂਜੀ, ਮੈਂ ਇਹਨਾਂ ਦੇ ਇੱਕ ਦੋ ਸਾਡੇ ਰਿਲੇਟਿਵ ਸੀਗੇ, ਉਹ ਇੱਥੋਂ ਬਿਲਕੁਲ ਠੀਕ ਹੋਏ ਨੇ। ਮੈਂ ਕਾਫੀ ਪ੍ਰਾਈਵੇਟ ਹੋਸਪਿਟਲਾਂ 'ਚ ਧੱਕੇ ਖਾ ਲਏ, ਪਰ ਮੈਨੂੰ ਉਹਨਾਂ ਤੋਂ ਕੋਈ ਫਾਇਦਾ ਨਹੀਂ ਹੋਇਆ। ਜਿਵੇਂ ਕਿ ਮੇਰੀ ਬੈਕ ਪ੍ਰੋਬਲਮ, ਲੱਤੇ ਦਰਦ ਜਾਣਾ, ਗੱਡੀ ਚਲਾਉਂਦੇ, ਟਰੈਕਟਰ ਚਲਾਉਂਦੇ ਹੋਏ, ਅਦਰਵਾਈਜ਼ ਹੋਰ ਵਹੀਕਲ ਚਲਾਉਂਦੇ ਹੋਏ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ MRI ਵਗੈਰਾ ਮੈਂ ਕਾਫੀ ਕਰਾ ਲਈ, ਜਿੱਥੇ ਵੀ ਡਾਕਟਰਾਂ ਕੋਲ ਜਾਂਦਾ ਸੀ ਉਹਨਾਂ ਨੇ ਕਹਿਣਾ ਵੀ ਤੇਰਾ ਆਪਰੇਸ਼ਨ ਹੋਊਗਾ, ਆਪਰੇਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਤਾਂ ਮੇਰੇ ਇੱਕ ਦੋ ਹੋਰ ਯਾਰ ਮਿੱਤਰਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਉਰੇ ਪਿੰਡ ਅਮਰਗੜ੍ਹ ਦੇ ਨਜ਼ਦੀਕ ਵੀ ਉੱਥੋਂ ਕਾਫੀ ਪੇਸ਼ੈਂਟ ਠੀਕ ਹੋਏ ਨੇ, ਵੀ ਇੱਕ ਵਾਰੀ ਤੁਸੀਂ ਉਹਨਾਂ ਕੋਲ ਜਾ ਕੇ ਦੇਖੋ। ਸੋ ਅੱਜ ਅਸੀਂ ਪਹਿਲੀ ਵਾਰੀ ਉਰੇ ਆਏ ਹਾਂ, ਉਰੇ ਬਜ਼ੁਰਗਾਂ ਨਾਲ ਗੱਲ ਕਰੀ ਆ, ਮਿੱਤਰ ਪਿਆਰਿਆਂ ਨਾਲ, ਹੋਰ ਉਹਨੇ ਦੱਸਿਆ ਵੀ ਅਸੀਂ ਜਿੰਨੀ ਵਾਰੀ ਵੀ ਆਏ ਹਾਂ ਇੱਕੇ ਵਾਰੀ ਆਉਣਾ ਪੈਂਦਾ, ਦੁਬਾਰੇ ਪਾਉਣ ਦੀ ਲੋੜ ਨਹੀਂ ਪੈਂਦੀ ਹੈ। ਤੁਸੀਂ ਸੁਣਿਆ ਕਿ ਭਾਜੀ ਰਾਂ ਹਰਿਆਣੇ ਤੋਂ ਆਏ ਨੇ, ਕੋਈ ਨਾਭੇ ਤੋਂ ਆਉਂਦਾ, ਕੋਈ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਲੋਕ, ਅਤੇ ਠੀਕ ਹੋ ਕੇ ਜਾਂਦੇ ਨੇ, ਅਤੇ ਸਾਨੂੰ ਵੀ ਪਤਾ ਲੱਗਿਆ ਸੀ, ਇਸੇ ਕਰਕੇ ਅਸੀਂ ਵੀ ਪੁੱਜੇ। ਹਾਲਾਂਕਿ ਇਹਨਾਂ ਨੇ ਬਾਹਰ ਬੋਰਡ 'ਤੇ ਲਿਖਿਆ ਕਿ ਫੋਨ ਕਰਕੇ ਜ਼ਰੂਰ ਆਓ, ਲੇਕਿਨ ਫੋਨ ਕਾਫੀ ਬਿਜ਼ੀ ਵੀ ਰਹਿੰਦਾ ਹੁੰਦਾ, ਫਿਰ ਵੀ ਇਸ ਕਰਕੇ ਤੁਹਾਨੂੰ ਮੈਂ ਐਡਰੈਸ ਦੱਸ ਦਿੰਦਾ, ਧੂਰੀ ਤੁਸੀਂ ਪੰਜਾਬ ਦਾ ਪਾਓਗੇ, ਕਿਉਂਕਿ ਕਈ ਵਿਦੇਸ਼ਾਂ ਦੇ ਵਿੱਚ ਵੀ ਲੋਕ ਪ੍ਰੋਗਰਾਮ ਦੇਖ ਰਹੇ ਹੋਣਗੇ, ਅਤੇ ਪੰਜਾਬ ਦੇ ਧੂਰੀ ਦੇ ਵਿੱਚ ਇਹ ਜਿਹੜਾ ਪਿੰਡ ਹੈਗਾ ਰਾਂਚਨਾ, ਰਜਿੰਦਰਾਪੁਰੀ ਤੁਸੀਂ ਪਾਓਗੇ, ਰਜਿੰਦਰਾਪੁਰੀ ਰਾਂਚਨਾ 'ਤੇ ਤੁਸੀਂ ਇੱਥੇ ਪਹੁੰਚ ਜਾਓਗੇ, ਅਤੇ ਨੰਬਰ ਵੀ ਸਕਰੀਨ ਦੇ ਉੱਤੇ ਤੁਸੀਂ ਚੱਲ ਰਿਹਾ, ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਤੁਸੀਂ ਫੋਨ ਜ਼ਰੂਰ ਕਰ ਲਿਓ।